ਗੁੱਡ ਆਫਟਰਨੂਨ ਟੂ ਆਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ IELTS ਦਾ ਇਗਜ਼ਾਮ ਹੋਇਆ ਤੇ ਅੱਜ ਜਿਹੜਾ ਇਗਜ਼ਾਮ ਸੀ ਉਹ ਅਕੈਡੈਮਿਕ ਤੇ ਜਨਰਲ ਦੋਨਾਂ ਦਾ ਸੀ ਸੋ ਤੁਹਾਨੂੰ ਪਤਾ ਹੀ ਹੈ ਜਦੋਂ ਵੀ IELTS ਦਾ ਇਗਜ਼ਾਮ ਹੋ ਜਾਂਦਾ ਸੀ ਤੁਹਾਡੇ ਸਾਹਮਣੇ ਰਿਵਿਊ ਦੀ ਵੀਡੀਓ ਅਪਲੋਡ ਕਰਦੇ ਆ ਜਿੰਦੇ ਵਿੱਚ ਸੀ ਤੁਹਾਨੂੰ ਹਰ ਚੀਜ਼ ਬਾਰੇ ਦੱਸ ਦਿਆਂ ਕਿ ਲਿਸਨਿੰਗ ਕਿਸ ਤਰ੍ਹਾਂ ਦੀ ਆਈ ਸੀ ਰੀਡਿੰਗ ਕਿਸ ਤਰ੍ਹਾਂ ਦੀ ਆਈ ਸੀ ਤੇ ਰਾਈਟਿੰਗ ਦੇ ਵਿੱਚ ਜਿਹੜੇ ਟੌਪਿਕਸ ਸੀ ਉਹ ਕਿਸ-ਕਿਸ ਤਰ੍ਹਾਂ ਦੇ ਆਏ ਸੀ ਸੋ ਅੱਜ ਜਿਹੜੀ ਵੀਡੀਓ ਅਸੀਂ ਤੁਹਾਡੇ ਸਾਹਮਣੇ ਅਪਲੋਡ ਕਰਨ ਜਾ ਰਹੇ ਹਾਂ ਉਹ ਹੈ 24th ਅਕਤੂਬਰ 2020 ਯਾਨੀ ਕਿ ਅੱਜ ਜੋ ਐਗਜ਼ਾਮ ਹੋਇਆ ਉਹਦੀਸੇ ਰਿਵਿਊ ਦੀ ਵੀਡੀਓ ਤੁਹਾਡੇ ਸਾਹਮਣੇ ਅਪਲੋਡ ਕਰਨ ਜਾ ਰਹੇ ਹਾਂ ਸੋ ਪਲੀਜ਼ ਜਿਨ੍ਹਾਂ ਬੱਚਿਆਂ ਨੇ ਅੱਜ ਐਗਜ਼ਾਮ ਦਿੱਤਾ ਉਹ ਉਹ ਦੇਖ ਸਕਦੇ ਨੇ ਕਿ ਕਿਸ ਟਾਈਪ ਦਾ ਐਗਜ਼ਾਮ ਆਇਆ ਸੀ ਤੇ ਨਾਲ ਦੀ ਨਾਲ ਜਿਹੜੇ ਬੱਚੇ ਐਗਜ਼ਾਮ ਦੇਣ ਬਾਰੇ ਸੋਚ ਰਹੇ ਨੇ ਜਾਂ ਜਿਨ੍ਹਾਂ ਨੇ ਭਰਿਆ ਹੋਇਆ ਐਗਜ਼ਾਮ ਤੇ ਉਹ ਵੀ ਦੇਖ ਸਕਦੇ ਨੇ ਕਿ ਜਿਹੜਾ ਐਗਜ਼ਾਮ ਉਹ ਕਿਸ ਤਰ੍ਹਾਂ ਦਾ ਆ ਰਿਹਾ ਔਰ ਰਾਈਟਿੰਗ ਦੇ ਜਿਹੜੇ ਟੌਪਿਕ ਹੈ ਉਹ ਕਿਸ-ਕਿਸ ਤਰ੍ਹਾਂ ਦੇ ਆ ਰਹੇ ਨੇ ਸੋ ਹੁਣ ਆਪਾਂ ਜ਼ਿਆਦਾ ਟਾਈਮ ਬਿਸਤਾਂ ਕਰਦੇ ਹੋਏ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਅੱਜ ਲਿਸਨਿੰਗ ਦੀ ਯਾਨੀ ਕਿ ਫਰਸਟ ਮੋਡਿਊਲ ਲਿਸਨਿੰਗ ਦੇ ਵਿੱਚ ਜਿਹੜਾ ਪਾਰਟ 1 ਸੀ ਉਹਦੇ ਵਿੱਚ ਆਪਣੇ ਕੋਲ ਫਿਲਪਸ ਆਏ ਸੀ ਜਿਹੜੇ ਈਜ਼ੀ ਸੀ ਪਾਰਟ 2 ਦੇ ਵਿੱਚ ਆਪਣੇ ਕੋਲ ਐਮਸੀਕਿਊ ਆਏ ਸੀ ਜਿੰਦਾ ਲੈਵਲ ਸੀ ਈਜ਼ੀ ਟੂ ਮੋਡਰੇਟ ਪਾਰਟ 3 ਦੇ ਵਿੱਚ ਆਪਣੇ ਕੋਲ ਲਾਰਜ ਐਮਸੀਕਿਊਜ਼ ਆਏ ਸੀ ਜਿੰਦਾ ਲੈਵਲ ਸੀ ਈਜ਼ੀ ਐਂਡ ਅਗਰ ਜੇ ਆਪਾਂ ਪਾਰਟ 4 ਦੀ ਗੱਲ ਕਰੀਏ ਤਾਂ ਪਾਰਟ 4 ਦੇ ਵਿੱਚ ਵੀ ਆਪਣੇ ਕੋਲ ਫਿਲਪਸ ਆਏ ਸੀ ਵਨ ਵਰਡ ਸੀ ਔਰ ਲੈਵਲ ਸੀ ਉਹਦਾ ਈਜ਼ੀ ਤਾਂ ਜੇ ਆਪਾਂ ਓਵਰਆਲ ਗੱਲ ਕਰੀਏ ਤਾਂ ਲਿਸਨਿੰਗ ਅੱਜ ਦੇ ਐਗਜ਼ਾਮ ਦੇ ਵਿੱਚ ਈਜ਼ੀ ਟੂ ਮੋਡਰੇਟ ਆਈ ਸੀ ਅਪਾ ਕਹਿ ਸਕਦੇ ਫਾਸਟ ਸੀ ਅੱਜ ਦੇ ਇਗਜ਼ਾਮ ਦੇ ਵਿੱਚ ਫਿਰ ਆਪਾਂ ਗੱਲ ਕਰੀਏ ਰੀਡਿੰਗ ਦੀ ਰੀਡਿੰਗ ਕਿਸ ਤਰ੍ਹਾਂ ਦੀ ਆਈ ਸੀ ਰੀਡਿੰਗ ਦੇ ਵਿੱਚ ਜਿਹੜਾ ਪੈਸੇਜ 1 ਸੀ ਉਹ ਆਇਆ ਸੀ ਈਜ਼ੀ ਪੈਸੇਜ 2 ਜਿਹੜਾ ਆਇਆ ਸੀ ਉਹ ਮੋਡਰੇਟ ਆਇਆ ਸੀ ਪੈਸੇਜ 3 ਵੀ ਮੋਡਰੇਟ ਸੀ ਤੇ ਜੇ ਆਪਾਂ ਓਵਰਆਲ ਗੱਲ ਕਰੀਏ ਤਾਂ ਹਮੇਸ਼ਾ ਦੀ ਤਰ੍ਹਾਂ ਜਿਹੜੀ ਰੀਡਿੰਗ ਆਂਦੀ ਹੈ ਇਗਜ਼ਾਮ ਦੇ ਵਿੱਚ ਉਹ ਹਮੇਸ਼ਾ ਮੋਡਰੇਟ ਲੈਵਲ ਦੀ ਹੀ ਆਂਦੀ ਆ ਤੇ ਜੇ ਆਪਾਂ ਗੱਲ ਕਰੀਏ ਅ ਜਨਰਲ ਵਾਲਿਆਂ ਦੀ ਤੇ ਜਨਰਲ ਵਾਲਿਆਂ ਦੀ ਵੀ ਜਿਹੜੀ ਰੀਡਿੰਗ ਸੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਹੁਤ ਔਖੀ ਸੀ ਜਾਂ ਬਹੁਤ ਸੌਖੀ ਸੀ ਮਤਲਬ ਮੋਡਰੇਟ ਲੈਵਲ ਆਇਆ ਸੀ ਅਕੈਡਮਿਕ ਵਾਲਿਆਂ ਦਾ ਵੀ ਤੇ ਜਨਰਲ ਵਾਲਿਆਂ ਦਾ ਵੀ ਤੇ ਇਹ ਵੀ ਨਹੀਂ ਹੈਗਾ ਕਿ ਤੁਸੀਂ 6 ਬੈਂਡਾਂ ਨੇ ਔਖੇ ਆ 6 ਬੈਂਡ ਤੁਸੀਂ ਆਰਾਮ ਦੇ ਨਾਲ ਲੈ ਸਕਦੇ ਹੋ ਲਿਸਨਿੰਗ ਦੇ ਵਿੱਚ ਵੀ ਔਰ ਰੀਡਿੰਗ ਦੇ ਵਿੱਚ ਵੀ ਤਾਂ ਜੇ ਆਪਾਂ ਗੱਲ ਕਰੀਏ ਅੱਜ ਰਾਈਟਿੰਗ ਦੀ ਤਾਂ ਰਾਈਟਿੰਗ ਦੇ ਵਿੱਚ ਜਿਹੜਾ ਟਾਸਕ 1 ਆਇਆ ਸੀ ਉਹ ਆਇਆ ਸੀ ਆਪਣੇ ਕੋਲ ਮੈਪ ਜੀ ਅਪਾ ਟਾਸਕ 2 ਦੀ ਗੱਲ ਕਰੀਏ ਟਾਸਕ 2 ਆਪਣੇ ਕੋਲ ਆਇਆ ਸੀ ਸਮ ਪੀਪਲ ਸੇ ਥੈਟ ਗਵਰਨਮੈਂਟ ਸ਼ੁੱਡ ਪੇ ਦਾ ਫੀ ਆਫ ਸਟੂਡੈਂਟਸ ਡਿਸਕਸ ਐਡਵਾਂਟੇਜ ਐਂਡ ਡਿਸਐਡਵਾਂਟੇਜ ਆਫ ਥਿਸ ਟ੍ਰੈਂਡ ਕਹਿੰਦੇ ਕੁਝ ਲੋਕ ਇਹ ਸੋਚਦੇ ਆ ਕਿ ਜਿਹੜੀ ਆਪਣੀ ਸਰਕਾਰ ਆ ਉਹਨਾਂ ਨੂੰ ਪੇ ਕਰਨਾ ਚਾਹੀਦਾ ਜਿਹੜੀ ਸਟੂਡੈਂਟਸ ਦੀ ਫੀਸ ਹੈਗੀ ਆ ਤਾਂ ਇਹਦੇ ਨਾਲ ਕੀ ਐਡਵਾਂਟੇਜ ਤੇ ਕੀ ਡਿਸ ਐਡਵਾਂਟੇਜ ਨੇ ਇਸ ਟ੍ਰੈਂਡ ਦੀਆਂ ਲਾਭ ਦੱਸਣੀਆਂ ਤੇ ਨਾਲ-ਨਾਲ ਹਾਨੀਆਂ ਦੱਸਣੀਆਂ ਸੋ ਇਹ ਚੀਜ਼ ਸੀ ਟਾਸਕ ਥੂ ਦੀ ਸਟੇਟਮੈਂਟ ਸੋ ਜੇ ਆਪਾਂ ਪ੍ਰੈਡਿਕਸ਼ਨ ਦੀ ਗੱਲ ਕਰੀਏ ਤਾਂ ਪ੍ਰੈਡਿਕਸ਼ਨ ਸਾਡੀ ਬਿਲਕੁਲ ਸਹੀ ਗਈ ਹੈ ਟਾਸਕ 2 ਅਸੀਂ ਗਵਰਨਮੈਂਟ ਨਾਲ ਰਿਲੇਟਡ kiya ਸੀ ਤਾਂ ਉਹਦੇ ਨਾਲ ਹੀ ਰਿਲੇਟਡ ਆਇਆ ਸੋ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਬੱਚਿਆਂ ਨੇ ਪ੍ਰੈਡਿਕਸ਼ਨ ਦੇਖੀ ਹੋਊਗੀ ਪ੍ਰੈਡਿਕਸ਼ਨ ਸਾਡੀ ਬਿਲਕੁਲ ਠੀਕ ਗਈ ਹੈ ਕਿਉਂਕਿ ਪ੍ਰੈਡਿਕਸ਼ਨ ਦਾ ਮਤਲਬ ਹੁੰਦਾ ਕਿ ਅਸੀਂ ਜਿਹੜੀ ਪ੍ਰੈਡਿਕਸ਼ਨ ਤੁਹਾਡੇ ਸਾਹਮਣੇ ਦਿੰਨੇ ਆ ਉਹ ਇੱਕ ਟਾਈਪ ਦਾ ਗੈਸ ਵਰਕ ਹੁੰਦਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਿਲਕੁਲ ਹੋਂਦੇ ਉੱਪਰ ਡਿਪੈਂਡ ਰਹੂ ਜ਼ਰੂਰੀ ਨਹੀਂ ਕਿ ਟਾਸਕ 1 ਟਾਸਕ 2 ਦੋਨੋਂ ਪ੍ਰੈਡਿਕਸ਼ਨ ਆਲਦੇ ਆਨ ਪਰ ਜਿਹੜਾ ਸਾਡਾ ਟਾਸਕ 2 ਆ ਉਹ ਹਮੇਸ਼ਾ ਦੀ ਤਰ੍ਹਾਂ ਬਿਲਕ ਨਹੀਂ ਯਕੀਨ ਹੈਗਾ ਤੇ ਨਾਲ ਦੀ ਨਾਲ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਤੇ ਜਿਹੜੀ ਅਸੀਂ ਨੈਕਸਟ ਵੀਡੀਓ ਤੁਹਾਡੇ ਸਾਹਮਣੇ ਅਪਲੋਡ ਕਰਾਂਗੇ ਉਹ ਹੋਗੀ ਲਿਸਨਿੰਗ ਦੇ ਆਨਸਰਸ ਜੀ ਸੋ ਜਿਨ੍ਹਾਂ ਬੱਚਿਆਂ ਨੇ ਅੱਜ ਮਾਰਨਿੰਗ ਦੇ ਵਿੱਚ ਐਗਜ਼ਾਮ ਦਿੱਤਾ ਉਹ ਆਪਣੇ ਲਿਸਨਿੰਗ ਦੇ ਆਨਸਰਸ ਵੀ ਚੈੱਕ ਕਰ ਸਕਦੇ ਨੇ ਔਰ ਦੇਖ ਸਕਦੇ ਨੇ ਕਿ ਕਿ ਨਿਕ ਸਹੀ ਨੇ ਔਰ ਕਿ ਨਿਕ ਗਲਤ ਨੇ ਤੇ ਨਾਲ ਦੀ ਨਾਲ ਜਿਹੜੀ ਅਸੀਂ ਨੈਕਸਟ ਵੀਡੀਓ ਤੁਹਾਡੇ ਸਾਹਮਣੇ ਅਪਲੋਡ ਕਰਾਂਗੇ ਉਹ ਹੋਗੀ ਰੀਡਿੰਗ ਦੇ ਆਨਸਰ ਵੀ ਤੁਹਾਡੇ ਸਾਹਮਣੇ ਜਲਦੀ ਹੀ ਪ੍ਰੋਵਾਈਡ ਕਰਾਂਗੇ ਥੈਂਕ ਯੂ